ਤੇ ਵਕਫੇ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ, ਹੁਣ ਮੌਕਾ ਹੈ ਜੀ, ਹੁਣ ਸਮਾਂ ਹੈ ਜੀ ਤੁਹਾਨੂੰ ਆਪਣੇ ਵਿਚਾਰ ਦੱਸਣ ਦਾ। ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਕਾਲ ਕਰ ਸਕਦੇ ਹੋ ਹੇਠ ਲਿਖੇ ਨੰਬਰ ਦੇ ਉੱਤੇ। ਆਪਣੇ ਪ੍ਰਤੀਕਰਮ ਜਿਹੜੇ ਹਨ ਉਹ ਅੱਜ ਦੇ ਮੁੱਦੇ ਦੇ ਵਿੱਚ ਦੇ ਸਕਦੇ ਹੋ। ਲੇਕਿਨ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਸਵਾਲ ਜ਼ਿਹਨ ਦੇ ਵਿੱਚ ਚੱਲ ਰਿਹਾ ਸੀਗਾ ਕਿ ਆਖਿਰਕਾਰ ਜਿਹੜੀ SIT ਬਣਾਈ ਗਈ ਆ ਹੁਣ ਬੇਅਦਬੀ ਮਾਮਲਿਆਂ ਦੇ ਵਿੱਚ, ਉਹ ਕਿਹੜੀ ਕਿਹੜੀ ਗੱਲ ਨੂੰ ਲੈ ਕੇ ਇਨਵੈਸਟੀਗੇਸ਼ਨ ਕਰੇਗੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਇਸ ਤੋਂ ਪਹਿਲਾਂ ਆ ਚੁੱਕੀ ਹੈ, ਜਿਹਦੀ ਰਿਪੋਰਟ ਸਾਹਮਣੇ ਆਈ ਸੀਗੀ, ਅਤੇ ਹੋਰ ਜਿਹੜੇ ਵੱਖ ਵੱਖ ਫਾਇਰਿੰਗ ਕੇਸ ਜਿਹੜੇ ਸ਼ਹਿਰ ਦੇ ਵਿੱਚ ਵਾਪਰੇ ਸੀਗੇ, ਚਾਹੇ ਉਹ ਬਹਿਬਲ ਕਲਾਂ ਹੋਏ, ਕੋਟਕਪੁਰਾ ਹੋਏ, ਅਤੇ ਕਿਹੜੀ ਕਿਹੜੀ ਗੱਲਾਂ ਨੂੰ ਲੈ ਕੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ SIT ਨੂੰ ਕਿਹਾ ਗਿਆ ਕਿ ਤੁਸੀਂ ਇਹ ਰਿਪੋਰਟਸ ਔਰ ਇਹ ਇਨਵੈਸਟੀਗੇਸ਼ਨ ਸਾਹਮਣੇ ਲੈ ਕੇ ਆਓ। ਨਵੀਨ ਜੀ, ਦੇਖੋ SIT ਜਿਹੜੀ ਹੈਗੀ ਹੈ ਉਹ 2015 ਵਿੱਚ ਸਭ ਜਾਣਦੇ ਕਿ ਜੋ ਹੋਇਆ ਸੀ ਬੇਅਦਬੀ ਦੇ ਮਾਮਲੇ 'ਚ ਫਾਇਰਿੰਗ ਹੋਈ ਫਰੀਦਕੋਟ ਦੇ ਵਿੱਚ ਹੈ, ਜੋ ਹੁਣ 4 ਜਿਹੜੇ ਮੇਨ ਕੇਸਿਸ ਉਦੋਂ ਰਜਿਸਟਰ ਹੋਏ ਸੀ ਜਿਨ੍ਹਾਂ ਦੇ ਖਿਲਾਫ FIR ਹੋਈ ਸੀਗੀ, ਜਿਹੜਾ ਕੇਸਾਂ ਦੇ ਵਿੱਚ ਉਹਨਾਂ ਨੂੰ SIT ਪਿੱਕ ਕਰੇਗੀ। ਖਬਰ ਹੈ ਕਿ ਜੋ ਫਰੀਦਕੋਟ ਦੇ ਵਿੱਚ ਹੈ ਔਰ ਸੋਰੀ ਕੋਟਕਪੂਰਾ ਔਰ ਬਾਜਾਖਾਨਾ ਪੁਲਿਸ ਸਟੇਸ਼ਨ ਨੇ ਜਿਹੜੇ ਉੱਥੇ ਜਿਹੜੀ FIR ਦਰਜ ਹੋਈਆਂ ਸੀ ਉਹਨਾਂ ਦੇ ਵਿੱਚ ਇਹ ਇਨਵੈਸਟੀਗੇਸ਼ਨ ਸ਼ੁਰੂ ਕਰੇਗੀ। ਔਰ ਇਹਦੇ 'ਚ ਇਹ ਵੀ ਹੈਗਾ ਕਿ SIT ਆਪਣੇ ਲੈਵਲ 'ਤੇ ਸਾਰੀ ਜਾਂਚ ਕਰੇਗੀ, ਪੜਤਾਲ ਕਰੇਗੀ। ਜਿਹੜਾ ਰਿਟਾਇਰਡ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਔਰ ਉਹਨਾਂ ਨੇ ਜਿਹੜੇ ਜਿਹੜੇ ਪੁਆਇੰਟ ਲਿਆਉਂਦੇ ਨੇ ਇਹ SIT ਉਹਨਾਂ ਨੂੰ ਵੀ ਅੱਗੇ ਲੈ ਕੇ ਪੜਤਾਲ ਕਰੇਗੀ। ਜੀ, ਮੇਰੇ ਨਾਲ ਕਾਲਰ ਜੁੜ ਚੁੱਕੇ ਹਨ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕੀ ਕੁਝ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਨ। ਲੈਂਦੇ ਆਪਣੇ ਪਹਿਲੇ ਕਾਲਰ ਦੀ ਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਿੰਦਰਪੁਰ ਦਾਦਰ, ਮੈਨੂੰ ਰਾਣਾ ਵੀ ਕਹਿੰਦੇ ਆ। ਪਹਿਲਾਂ ਸੀਗਾ ਜਲੀਆਂ ਵਾਲਾ ਬਾਗ, ਫਿਰ ਆਇਆ ਜਵਾਹਰ ਲਾਲ ਬਾਗ, ਜਵਾਹਰ ਲਾਲ, ਫਿਰ ਆ ਜਿੰਨ ਵਾਲਾ, ਫਿਰ ਆ ਕੇਜਰੀਵਾਲਾ, ਫਿਰ ਸੂਜਨ ਵਾਲਾ, ਪਿੰਡਾਂ ਵਾਲਾ ਵਿੱਚ ਕਨਫਿਊਜ਼ ਕਰ ਗਿਆ। ਤੇ ਮੈਂ ਫਰਿਆਦ ਕਰ ਰਿਹਾ ਸਾਰਿਆਂ ਨੂੰ, ਸੁਣ ਫਰਿਆਦ ਪੀਰਾਂ ਦਾ ਪੀਰਾਂ ਆਖ ਸੁਣਾਵਾਂ ਤੈਨੂੰ। ਅਸੀਂ ਸਾਰੇ ਪੋਲੀਟਿਕਸ ਵਿੱਚ ਹੈਗੇ ਹਾਂ, ਜਿਹੜਾ ਅਮੀਰ ਹੈਗੇ ਉਹ ਹੀ ਜਿੱਤ ਰਹੇ ਆ, ਇਹ ਗੁੰਡਾ ਰਾਜ ਆ। ਜਦੋਂ ਉਹਨਾਂ ਕੇਸ ਚੱਲਦਾ ਉਹ ਕਹਿੰਦੇ ਸਾਡੇ ਕੇਸ ਓਪਨ ਨਹੀਂ ਕਰ ਸਕਦੇ, ਜੇ ਤੂੰ ਗਲਤ ਕੰਮ ਕੀਤਾ ਯੋਗ ਕੇਸ ਹੋ ਰਿਹਾ। ਜੇ ਆਹ ਜੇ ਗਰੀਬ ਬੰਦੇ ਕਹਿੰਦੇ ਫਾਂਸੀ ਚੜਾ ਦਿਓ ਤੇ ਅਮੀਰ ਦੇ ਕਿ ਵਾਈ ਨੋਟ, ਦ ਲਾ ਇਜ਼ ਫੋਰ ਦ ਆਲ। ਜੀ ਜੀ, ਫ੍ਰੀਡਮ ਇੱਦਾਂ ਮਿਲੇਗੀ, ਜਸਟਿਸ ਇੱਦਾਂ ਹੋਊਗਾ। ਕ੍ਰਾਊਨ ਕੋਰਟ ਤੋਂ ਬਾਅਦ ਜੁਆਇੰਟ ਫੋਲਡਰ ਆ ਲੇਡੀ, ਉਹ ਅੱਖਾਂ ਦਾ ਪਰਦਾ ਉਠਾਏਗੀ। ਓਕੇ, ਤਦੇ ਉਹ ਥੈਂਕ ਯੂ ਸਰ ਜੀ, ਗੁੱਡ ਈਵਨਿੰਗ। ਥੈਂਕ ਯੂ ਵੈਰੀ ਮਚ ਸੁਰਿੰਦਰ ਸਿੰਘ ਜੀ, ਜਿਹੜੀ ਤੁਸੀਂ ਗੱਲ ਸਾਡੇ ਨਾਲ ਰੱਖੀ ਅਤੇ ਆਪਣੇ ਵਿਚਾਰ ਉਹਨਾਂ ਨੇ ਸਾਡੇ ਨਾਲ ਰੱਖੇ। ਨਵੀਨ ਜੀ, ਇੱਥੇ ਇੱਕ ਗੱਲ ਮੈਨੂੰ ਸਮਝ ਆਉਂਦੀ ਹੈ ਕਿ ਜਿਸ ਤਰੀਕੇ ਦਾ ਹੁੰਗਾਰਾ ਔਰ ਜਿਸ ਤਰੀਕੇ ਦਾ ਹਰਸ਼ੋ ਉਲਾਸ ਪੰਚਾਇਤੀ ਚੋਣਾਂ ਦੇ ਵਿੱਚ ਪਿਛਲੀ ਵਾਰ ਵੇਖਣ ਨੂੰ ਮਿਲਿਆ ਸੀਗਾ, ਔਰ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਦੇ ਵਿੱਚ ਵੋਟ ਕੀਤੀ ਸੀਗੀ, ਲੇਕਿਨ ਇਸ ਵਾਰ ਉਹ ਹਰਸ਼ੋ ਉਲਾਸ ਔਰ ਇਸ ਵਾਰ ਉਹ ਜਿਹੜਾ ਰੰਗ ਹੈ ਚੋਣਾਂ ਦਾ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਔਰ ਪੰਜਾਬ ਦੇ ਇਸ ਪੰਜਾਬ ਦੀ ਰਣਭੂਮੀ ਦੇ ਵਿੱਚ ਨਜ਼ਰ ਨਹੀਂ ਆ ਰਿਹਾ। ਤੁਹਾਨੂੰ ਕੀ ਲੱਗਦਾ ਕਿ ਆਖਿਰਕਾਰ ਕਿਹੜੇ ਦੰਗਲ ਦੀ ਲੋੜ ਹੈ ਹੁਣ? ਦੇਖੋ, ਹਰ ਵਾਰੀ ਜਿਹੜੇ ਚੋਣਾਂ ਹੁੰਦੀਆਂ ਨੇ ਘੱਟ ਤੋਂ ਘੱਟ ਇਸ ਪੱਧਰ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ, ਜ਼ਿਲ੍ਹਾ ਪ੍ਰੀਸ਼ਦ ਦੀਆਂ, ਜ਼ਿਲ੍ਹਾ ਆਪਣੇ ਕਹਿੰਦੇ ਆਪਣਾ ਪੰਚਾਇਤ ਚੋਣਾਂ ਜਿਹੜੀਆਂ ਹੈਗੀਆਂ, ਇਹ ਪੂਰੇ ਸੂਬੇ ਦੇ ਵਿੱਚ ਉਸ ਸਮੇਂ ਸਿਆਸੀ ਮਾਹੌਲ ਕੀ ਚੱਲ ਰਿਹਾ ਇਹਦੇ 'ਤੇ ਡਿਪੈਂਡ ਕਰਦੀਆਂ, ਔਰ ਸੱਤਾਰੂੜ 'ਚ ਕੌਣ ਆ, ਪਾਵਰ ਦੇ ਵਿੱਚ ਕਿਹੜੀ ਪਾਰਟੀ ਬੈਠੀ ਹੈ ਚੰਡੀਗੜ੍ਹ 'ਚ, ਕੌਣ ਦੇਖ ਰਿਹਾ, ਇਸ 'ਤੇ ਬੜਾ ਡਿਪੈਂਡ ਕਰਦਾ। ਅਗਰ ਅਸੀਂ ਕਹੀਏ ਕਿ ਪਿਛਲੀ ਵਾਰੀ ਸ਼੍ਰੋਮਣੀ ਅਕਾਲੀ ਦਲ ਵਾਜ਼ ਵੈਰੀ ਕੌਨਫੀਡੈਂਟ, ਕਿਉਂਕਿ ਉਦੋਂ ਪੰਜਾਬ ਕਾਂਗਰਸ ਦਾ ਇੰਨਾ ਮਿਆਰ ਨਹੀਂ ਸੀਗਾ, ਉਹਨਾਂ ਨੂੰ ਇਸ ਵਾਸਤੇ ਉਹਨਾਂ ਦਾ ਮਾਹੌਲ ਬਣਿਆ ਸੀ, ਦੇਵਰ ਵਿਨਿੰਗ, ਔਰ ਜੋ ਉਹਨਾਂ ਦਾ ਆਪਣਾ ਇੱਕ ਗ੍ਰਾਸਰੂਟ ਲੈਵਲ 'ਤੇ ਇੱਕ ਪੈਟ ਸੀਗੀ ਉਹ ਦੇਵਰ ਯੂਜ਼ਿੰਗ ਦੈਟ। ਹੁਣ ਐਤਕੀ ਜਿਹੜਾ ਸਿਆਸੀ ਮਾਹੌਲ ਇਜ਼ ਇੰਟਾਇਰਲੀ ਡਿਫਰੈਂਟ ਬਿਕੋਜ਼ ਆਫ ਬੇਅਦਬੀ, ਬਿਕੋਜ਼ ਆਫ ਅਦਰ ਥਿੰਗਸ ਆਲਸੋ। ਜਿਹੜੀ ਸਰਕਾਰ ਬੈਠੀ ਹੋਈ ਹੈ ਕਾਂਗਰਸ ਹੈ, ਦੇ ਆਰ ਇਨ ਸਮ ਕੌਨਫੀਡੈਂਸ, ਉਹਨਾਂ ਨੇ ਹੁਣ ਜਿਹੜੀ ਉਹਨਾਂ ਨੂੰ ਕਰਕੇ ਡੀਮੋਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਹੈਗਾ, ਜਿੱਦਾਂ ਮੈਂ ਕਿਹਾ। ਔਰ ਜਿਹੜੀ ਪੰਚਾਇਤ ਚੋਣਾਂ ਹੁੰਦੀਆਂ ਨੇ ਉਹ ਹਮੇਸ਼ਾ ਜਿਹੜੀ ਸੱਤਾਰੂੜ ਪਾਰਟੀ ਹੁੰਦੀ ਹੈ ਉਹਦੇ ਵੱਲ ਲੋਕ ਜਾਂਦੇ ਨੇ, ਕਿਉਂਕਿ ਲੋਕ ਸਰਪੰਚ ਉਹਨੂੰ ਚੁਣਦੇ ਨੇ ਜਿਹੜਾ ਕਹਿੰਦੇ ਨੇ ਕਿ ਚੰਡੀਗੜ੍ਹ ਤੋਂ ਜਾ ਕੇ ਸਾਡੇ ਪਿੰਡ ਦੇ ਵਿਕਾਸ ਲਈ ਜਾ ਕੇ ਮਦਦ 'ਤੇ ਲੈ ਕੇ ਆਏ। ਕੱਲ੍ਹ ਨੂੰ ਕਿਸੇ ਦੂਸਰੀ ਪਾਰਟੀ ਦੇ ਬੰਦੇ ਨੂੰ ਬਣਾ ਦੇਣਗੇ ਸਰਪੰਚ, ਕੱਲ੍ਹ ਨੂੰ ਸਰਪੰਚ ਐਕਸਕਿਊਜ਼ ਹੈ ਦੇਗਾ ਜੀ ਮੈਂ ਤਾਂ ਚੰਡੀਗੜ੍ਹ ਗਿਆ ਸੀ, ਉਹਨੇ ਦੂਜੀ ਪਾਰਟੀ ਦੇ ਬੰਦੇ ਸਰਕਾਰ ਆ, ਉਹਨਾਂ ਨੇ ਤਾਂ ਮੇਰੀ ਸੁਣੀ ਨਹੀਂ, ਉਹਨਾਂ ਨੇ ਤਾਂ ਪਿੰਡ ਦੇ ਵਿੱਚ ਮੈਨੂੰ ਇਸ ਫਲਾਣੀ ਸਕੀਮ ਵਾਸਤੇ ਪੈਸਾ ਨਹੀਂ ਦਿੱਤਾ, ਸ਼ਗਨ ਦੇ ਸਕੀਮਾਂ ਦੇ ਪੈਸੇ, ਪੈਨਸ਼ਨ ਦੀ ਸਕੀਮ ਦੇ ਪੈਸੇ, ਹੋਰ ਦੁਨੀਆ ਭਰ ਦਾ ਜਿਹੜਾ ਗ੍ਰਾਂਟ ਆਉਂਦੀ ਹੈ ਪਿੰਡਾਂ ਦੇ ਇਨਫਰਾਸਟਰਕਚਰ ਦੇ ਵਿਕਾਸ ਦੇ ਲਈ, ਉਹ ਤਾਂ ਸਰਕਾਰਾਂ ਨੇ ਦੇਣੀਆਂ, ਉਹ ਸਰਪੰਚਾਂ ਦੇ ਥਰੂ ਅੱਗੋਂ ਬਣਦੀਆਂ। ਅਤੇ ਸਰਪੰਚ ਦੀ ਜਿਹੜੀ ਹੈਗੀ, ਸਰਪੰਚ ਨੂੰ ਲੋਕ ਕਹਿੰਦੇ ਵੀ ਕਿਸੇ ਤਰ੍ਹਾਂ ਦਾ ਸਰਕਾਰ ਦਾ ਪਿੱਠੂ ਨਾ ਹੋਵੇ, ਉਹ ਪਿੰਡ ਦੇ ਜਿਹੜੇ ਸਰਪੰਚ ਹੈ ਉਹਨੂੰ ਜਿਹੜਾ ਪੂਰੀ ਉਹਦੀ ਹੋਣੀ ਚਾਹੀਦੀ ਕਿ ਉਹ ਕਿੱਦਾਂ ਉਹਦਾ ਪਿੰਡ ਦਾ ਵਿਕਾਸ ਕਰੇਗਾ। ਕਰੈਕਟ, ਉਹ ਲੋਕ ਹੁਣ ਉਸ ਇਹ ਚੀਜ਼ ਦੇਖ ਕੇ ਚੱਲਦੇ ਨੇ ਕਿ ਕਿਹੜਾ ਬੰਦਾ ਕਾਬਲ ਹੈ, ਕਿਹੜਾ ਕੈਂਡੀਡੇਟ ਕਾਬਲ ਹੈ, ਔਰ ਕਿਹੜੀ ਪਾਰਟੀ ਦਾ। ਇਹਦੇ ਵਿੱਚ ਪੋਲੀਟੀਕਲ ਐਫੀਲੀਏਸ਼ਨ ਬਹੁਤ ਜ਼ਿਆਦਾ ਕੰਮ ਆਉਂਦੀ ਹੈ, ਔਰ ਲੋਕ ਹਮੇਸ਼ਾ ਉਸ ਪੋਲੀਟੀਕਲ ਐਫੀਲੀਏਸ਼ਨ ਦੇ ਹਿਸਾਬ ਨਾਲ ਹੀ ਚੱਲਦੇ ਆ। ਬਿਲਕੁਲ, ਅਤੇ ਹੁਣ ਤੁਹਾਨੂੰ ਇਹਨਾਂ ਸਾਰੀ ਮਾਹੌਲ ਦੇ ਵਿੱਚ ਔਰ ਇਹਨਾਂ ਸਾਰੀ ਗਤੀਵਿਧੀਆਂ ਦੇ ਵਿੱਚ ਤੁਹਾਨੂੰ ਕੀ ਨਜ਼ਰ ਆਉਂਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ, ਚਲੋ ਜਿਸ ਤਰੀਕੇ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਕਾਂਗਰਸ ਨੂੰ ਇਹਦਾ ਫਾਇਦਾ ਪਹੁੰਚ ਸਕਦਾ,
ਤੁਸੀਂ ਰਾਜਨੀਤੀ ਜਿਹੜੀ ਪੰਜਾਬ ਦੇ ਵਿੱਚ, ਮੈਂ ਇੱਕ ਪਾਰਟੀ ਨੂੰ ਲੈ ਕੇ ਕਰ ਰਿਹਾ ਜਿਨ੍ਹਾਂ ਨੇ ਹਮੇਸ਼ਾ ਕਿਹਾ ਕਿ ਅਸੀਂ ਸਿੱਖ ਮਸਲਿਆਂ ਦੇ ਵਿੱਚ ਔਰ ਸਿੱਖ ਕੌਮ ਦੇ ਅਸੀਂ ਪਹਿਰੇਦਾਰ ਹਾਂ, ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ, ਜੋ ਹੁੰਗਾਰਾ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਦਾ ਸੀਗਾ ਕਿ ਉਹਨਾਂ ਦੇ ਉਹ ਪੁੱਤਰ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲੇਗਾ, ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ? ਦੇਖੋ, ਇੱਕ ਤਰ੍ਹਾਂ ਮੈਂ ਕਹਿੰਦਾ ਕਿ ਪੋਲੀਟੀਕਲ ਕੜਿੱਕੀ ਦੇ ਵਿੱਚ ਤਾਂ ਫਸੀ ਹੋਈ ਹੈ ਪਾਰਟੀ ਇਸ ਟਾਈਮ, ਲੇਕਿਨ ਐਵੇਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ, ਸੁਖਬੀਰ ਬਾਦਲ ਨੇ ਵੀ ਆਪਣੇ ਲੈਵਲ 'ਤੇ ਠੀਕ ਚਲਾਇਆ, ਹੀ ਇਜ਼ ਅ ਯੰਗ, ਉਹਨਾਂ ਨੇ ਹੀ ਡੋਮੀਨੇਟਿਡ ਦੀ ਯੂਥ, ਹੀ ਰਨ ਦਾ ਪਾਰਟੀ ਵਿਦ ਵੈਰੀ ਐਗਰੈਸ਼ਨ ਦੇ ਨਾਲ ਉਹਨਾਂ ਨੇ ਚਲਾਈ। ਪ੍ਰਕਾਸ਼ ਸਿੰਘ ਬਾਦਲ ਦਾ ਕਿ ਉਹ ਇੱਕ ਸੀਜ਼ਨ ਪੋਲੀਟੀਸ਼ੀਅਨ ਨੇ, ਉਹਨਾਂ ਦਾ ਆਪਣਾ ਇੱਕ ਸਿਆਸੀ ਐਕਸਪੀਰੀਅੰਸ ਹੈ, ਔਰ ਉਹਨਾਂ ਦੇ ਕੋਲ ਜਿਹੜੀ ਜਥੇਦਾਰਾਂ ਦੀ ਟੀਮ ਸੀ, ਜਿਹੜਾ ਬਜ਼ੁਰਗ ਨੇਤਾਵਾਂ ਦੀ ਟੀਮ ਸੀ, ਉਹਨਾਂ ਨੇ ਵੀ ਪਾਰਟੀ ਨੂੰ ਸੰਭਾਲਿਆ ਚਲਾਇਆ। ਲੇਕਿਨ ਬਾਅਦ ਵਿੱਚ ਜਨਰੇਸ਼ਨ ਚੇਂਜ ਜਦੋਂ ਹੋਈ, ਜਨਰੇਸ਼ਨ ਨਵੀਂ ਜਨਰੇਸ਼ਨ ਆਈ ਅਤੇ ਸਾਰੇ ਯੰਗ ਲੀਡਰ ਅੱਗੇ ਆ ਗਏ। ਉਹ ਹੁਣ ਇਹ ਚੀਜ਼ ਕਹਿੰਦੇ ਨੇ ਕਿ ਜਿਹੜਾ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਹੁਣ ਕਿ ਜਿਹੜੇ ਪੁਰਾਣੇ ਬਜ਼ੁਰਗ ਜਥੇਦਾਰ ਹੁੰਦੇ ਉਹ ਇਸ ਚੀਜ਼ ਨੂੰ ਥੋੜ੍ਹਾ ਹੋਰ ਮੈਚੋਰਲੀ ਹੈਂਡਲ ਕਰਦੇ, ਇਹ ਚੀਜ਼ਾਂ ਹੋਈਆਂ, ਇਹ ਨਹੀਂ ਅਸੀਂ ਅਤੇ ਉਹ ਪਾਰਟੀ ਨੂੰ ਇਸ ਚੀਜ਼ ਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ। ਅਸੀਂ ਜਿੱਦਾਂ ਵਾਰ ਵਾਰ ਕਹਿੰਦੇ ਹਾਂ ਕਿ ਅਗਰ ਕਾਂਗਰਸ ਅੱਛਾ ਕਰ ਸਕਦੀ ਹੈ, ਕਾਂਗਰਸ ਦੇ ਕੋਲ ਇੱਕ ਚਾਂਸ ਹੈ ਕਿ ਉਹ ਆਪਣੇ ਲੋਅਰ ਲੈਵਲ ਦੇ ਉੱਤੇ, ਪੰਚਾਇਤਾਂ ਦੇ ਲੈਵਲ ਦੇ ਉੱਤੇ ਪਾਰਟੀ ਜਿਹੜੀ ਹੈ ਪਾਵਰ ਨੂੰ ਗ੍ਰੈਬ ਕਰੇ, ਕਿ ਇੱਕ ਪੋਲੀਟੀਕਲ ਅਲਾਈਨਮੈਂਟ ਹੋ ਜਾਏ ਉੱਤੋਂ ਤੋਂ ਥੱਲੇ ਤੱਕ, MP ਵੀ ਹੋ ਗਏ, MLA ਹੋ ਗਏ, ਔਰ ਉਸ ਤੋਂ ਬਾਅਦ ਥੱਲੇ ਸਰਪੰਚ ਵੀ ਅਗਰ ਪਾਰਟੀ ਦੇ ਹੋ ਜਾਣਗੇ ਤਾਂ ਪੂਰੇ ਪਿੰਡ ਦਾ, ਪੂਰੇ ਸਟੇਟ ਦਾ ਵਿਕਾਸ ਤੇਜ਼ ਹੋ ਸਕਦਾ। ਲੇਕਿਨ ਮੈਂ ਇਹ ਨਹੀਂ ਕਹਿੰਦਾ ਕਿ ਕਾਂਗਰਸ ਦੀ ਇਮੇਜ ਬਹੁਤ ਅੱਛੀ ਹੈ, ਜਾਂ ਮੈਂ ਨਹੀਂ ਕਹਿੰਦਾ ਕਿ ਕਾਂਗਰਸ ਦੇ ਕੋਲ ਇੱਕ ਪੋਜ਼ਿਟਿਵ ਪੁਆਇੰਟ ਹੈ ਕਿ ਕਾਂਗਰਸ ਦੇ ਹੱਥ 'ਚ ਪਾਵਰ ਹੈ, ਇਹ ਨਹੀਂ ਕਿ ਕਾਂਗਰਸ ਬਹੁਤ ਅੱਛੀ ਹੈ। ਇਸ ਸਮੇਂ ਜਿਹੜਾ ਵਿਪਕਸ਼ ਹੈ, ਓਪੋਜੀਸ਼ਨ ਪਾਰਟੀ ਹੈ, ਉਹ ਆਪਣੀ ਆਪਣੀ ਪਰੇਸ਼ਾਨੀਆਂ 'ਚ ਘਿਰਿਆ ਹੋਇਆ। ਸ਼੍ਰੋਮਣੀ ਅਕਾਲੀ ਦਲ ਆਪਣੀ ਪਰੇਸ਼ਾਨੀ ਦੇ ਵਿੱਚ ਹੈ, ਕਿਉਂਕਿ ਬੇਅਦਬੀ ਵਾਲੇ ਮਾਮਲੇ ਦਾ ਜੋ ਵੀ ਉਹਨਾਂ ਦੇ ਉੱਤੇ ਪ੍ਰੈਸ਼ਰ ਬਣ ਗਿਆ ਉਹ ਹੈਗਾ। ਦੂਸਰੀ ਚੁਆਇਸ ਹੋ ਰਹੀ ਹੈ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਜਿਹੜੀ ਹੈਗੀ ਉਹ ਦੋ ਧਿਰਾਂ 'ਚ ਵੈਸੇ ਫਸੀ ਹੋਈ ਹੈ, ਉਹਨਾਂ ਦੇ ਸਾਰੇ ਜਿੰਨੇ ਲੀਡਰ ਨੇ ਸਾਰੇ ਆਪਣੇ ਈਗੋ ਕਲੈਸ਼ਾਂ 'ਚ ਲੱਗੇ ਹੋਏ ਆ। ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਹਦੇ ਪਿੱਛੇ ਚੱਲਣਾ ਹੈ, ਖੈਰਾਂ ਨੂੰ ਚੱਲਣਾ ਹੈ ਕਿ ਉਹਨੂੰ ਜਿਹੜਾ ਚੀਮਾ ਨਵਾਂ ਬਣਾਇਆ ਉਹਦੇ ਪਿੱਛੇ ਚੱਲਣਾ ਹੈ। ਅਤੇ ਪਾਰਟੀ ਨੇ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਨੀ ਪਈ। ਸ਼੍ਰੋਮਣੀ ਜਿਹੜੀ ਆਮ ਆਦਮੀ ਪਾਰਟੀ, ਇਹਨਾਂ ਨੇ ਕਿਹਾ ਸੀ ਅਸੀਂ ਪੰਚਾਇਤ ਚੋਣਾਂ ਲੜਾਂਗੇ, ਇਹ ਹੈਗੇ ਵੀ ਨੇ ਕਾਫੀ ਜਗ੍ਹਾ ਇਹਨਾਂ ਦੀ ਪ੍ਰੈਜੈਂਸ ਹੈ, ਲੇਕਿਨ ਜੋ ਇੱਕ ਗਰਾਊਂਡ ਵਰਕ ਇਹਨਾਂ ਨੂੰ ਕਰਨਾ ਚਾਹੀਦਾ ਸੀ ਐਜ਼ ਏ ਜ਼ਿੰਮੇਦਾਰ ਵਿਪਕਸ਼, ਹੁਣ ਅੱਜ ਦੀ ਡੇਟ 'ਚ ਓਪੋਜੀਸ਼ਨ ਪਾਰਟੀ ਅਤੇ ਆਮ ਆਦਮੀ ਪਾਰਟੀ ਹੈ ਨਾ ਮੇਨ, ਇਹਨਾਂ ਦਾ ਉਹ ਗਰਾਊਂਡ ਵਰਕ ਪਿੰਡਾਂ ਦੇ ਲੈਵਲ 'ਤੇ, ਸਰਪੰਚਾਂ ਦੇ ਲੈਵਲ 'ਤੇ, ਜ਼ਿਲ੍ਹਾ ਪਰਿਸ਼ਦ ਦੇ ਲੈਵਲ 'ਤੇ ਉਹ ਕਰ ਨਹੀਂ ਪਾਏ, ਕਿਉਂਕਿ ਆਪਣੇ ਲੜਾਈ ਝਗੜੇ 'ਚ ਪਏ ਰਹੇ। ਇਹਨਾਂ ਨੂੰ ਥੋੜ੍ਹੇ ਦਿਨ ਪਹਿਲਾਂ ਹੀ ਆਪਣੀਆਂ ਸਾਰੀਆਂ ਟੀਮਾਂ ਚੇਂਜ ਕੀਤੀਆਂ, ਸਟੇਟ ਲੈਵਲ 'ਤੇ ਕੀਤੀਆਂ, ਓਵਰਸੀਜ਼ ਦੇ ਵੀ ਸਾਰੇ ਵਿੰਗ ਚੇਂਜ ਕਰਤੇ। ਹੁਣ ਇੱਕ ਤਰ੍ਹਾਂ ਦਾ ਨਾਮ ਤੁਹਾਨੂੰ ਯਾਦ ਹੋਏ, ਅਸੀਂ ਓਵਰਸੀਜ਼ ਦੇ ਕਿਸੇ ਬੰਦੇ ਨਾਲ ਗੱਲ ਕੀਤੀ ਸੀ ਕਿ ਜੀ ਤੁਸੀਂ ਪੰਚਾਇਤ ਚੋਣਾਂ ਜੀ ਤੁਹਾਡੀ ਕੀ ਤਿਆਰੀ, ਉਹਨੇ ਕਿਹਾ ਜੀ ਭਾਜੀ ਮੈਨੂੰ ਸਾਨੂੰ ਕੁਛ ਨਹੀਂ ਪਤਾ। ਅਤੇ ਇਹ ਤਾਂ ਲੈਵਲ ਹੈ ਇਸ ਪਾਰਟੀ ਦਾ, ਇਹਨਾਂ ਦਾ ਰਿਮੋਟ ਕੰਟਰੋਲ ਹੈ ਮਨੀਸ਼ ਸਿਸੋਦੀਆ ਅਤੇ ਉੱਥੇ ਅਰਵਿੰਦ ਕੇਜਰੀਵਾਲ ਕੋਲ, ਉਹਨਾਂ ਦੇ ਕੋਲ ਤੁਸੀਂ ਕਿੰਨੀ ਵਾਰੀ ਦੇਖਿਆ ਉਹਨਾਂ ਨੂੰ ਪੰਜਾਬ ਜਾ ਕੇ ਹੁਣ ਪੰਚਾਇਤ ਚੋਣਾਂ ਦੀ ਗੱਲ ਕਰਦੇ ਹੋਏ, ਉਹ ਦਿੱਲੀ ਵਿੱਚ ਆਪਣੇ ਚੱਕਰਾਂ 'ਚ ਫਸੇ ਹੋਏ ਆ। ਤੇ ਇਟਸ ਅਨਫੋਰਚੂਨੇਟ, ਇਹ ਬੜਾ ਹੀ ਮਤਲਬ ਮੰਦਭਾਗੀ ਗੱਲ ਹੈ ਕਿ ਇੱਕ ਅੱਛੀ ਖਾਸੀ ਪੰਜਾਬ ਵਰਗੀ ਸਟੇਟ ਦੇ ਵਿੱਚ ਇੱਕ ਓਪੋਜੀਸ਼ਨ ਦਾ ਜੋ ਰੋਲ ਹੈ ਉਹ ਪਾਰਟੀਆਂ ਨਿਭਾ ਨਹੀਂ ਪਾ ਰਹੀਆਂ। ਮੇਰੇ ਨਾਲ ਕਾਲਰ ਜਿਹੜੇ ਨੇ ਉਹ ਜੁੜੇ ਹੋਏ ਹਨ, ਉਹਨਾਂ ਦੇ ਵੀ ਅਸੀਂ ਵਿਚਾਰ, ਉਹਨਾਂ ਦੇ ਵੀ ਪ੍ਰਤੀਕਰਮ ਅਸੀਂ ਜਾਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਹਰਕੀਰ ਜੀ, ਤੁਹਾਨੂੰ ਅਤੇ ਤੁਹਾਡੇ ਨਾਲ ਕੋ ਪ੍ਰੈਜ਼ੈਂਟਰ ਜਿਹੜੇ ਤੁਹਾਡੇ ਕੁਮਾਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਜੋ ਅੱਜ ਦਾ ਮੁੱਦਾ ਤੁਹਾਡਾ ਹੈ, ਮੈਂ ਉੱਥੇ ਤੁਹਾਨੂੰ ਕਹਿਣਾ ਚਾਹੁੰਦਾ ਵੀ ਜੋ ਇਲੈਕਸ਼ਨ ਆਇਆ ਇਹਦਾ ਸਿੱਧਾ ਸਿੱਧਾ ਫਾਇਦਾ ਜਿਹੜਾ ਕਾਂਗਰਸ ਨੂੰ ਹੋਣਾ ਹੈ ਜੀ, ਕਿਉਂਕਿ ਅਕਾਲੀਆਂ ਦੀ ਤਾਂ ਜਿੱਦਾਂ ਇਹਨਾਂ ਦੱਸਿਆ ਆਪਣੇ ਨੇ ਵੀ ਓਦਾਂ ਹੀ ਪੋਜੀਸ਼ਨ ਖਰਾਬ ਆ, ਔਰ ਆਮ ਆਦਮੀ ਪਾਰਟੀ ਓਦਾਂ ਹੀ ਕੱਕੜੀਆਂ ਹੋਈ ਫਿਰਦੀ ਹੈ ਜੀ, ਪਰ ਜਿਹੜੀ ਰੂਲਿੰਗ ਪਾਰਟੀ ਹੁੰਦੀ ਉਹ ਵੀ ਇਹਨਾਂ ਚੀਜ਼ਾਂ ਲਈ ਉਹਨਾਂ ਬੈਨੀਫਿਟ ਲੈਂਦੇ ਆ, ਆਪਣੇ ਸਾਰੇ ਜੋ ਜਿੱਦਾਂ ਪਾਵਰ ਉਹਨਾਂ ਦੇ ਕੋਲ ਹੁੰਦੀ ਹੈ ਜੀ। ਬਾਕੀ ਜਿਹੜਾ ਇਨਸਾਫ ਦੀ ਗੱਲ ਹੈ ਨਾ, ਇਹਨਾਂ ਜਾਣ ਬੁੱਝ ਕੇ ਕਾਂਗਰਸ ਪਾਰਟੀ ਇਹਨੂੰ ਲਮਕਾ ਰਹੀ ਆ ਕਿ ਆਹ ਜਿਹੜੀਆਂ ਇਲੈਕਸ਼ਨ ਆ, ਔਰ ਇਹਨਾਂ ਦੀ ਮੇਰਾ ਖਿਆਲ ਹੈ ਵੀ ਨਿਗਾ ਜਿਹੜੀਆਂ 2019 ਦੀਆਂ ਲੋਕ ਸਭਾ ਚੋਣਾਂ ਦੀ ਇਲੈਕਸ਼ਨ ਹੋਣੀ ਆ ਜੀ ਜੀ, ਸ਼ਾਇਦ ਉਦੋਂ ਤਾਈ ਵੀ ਖਿੱਚ ਕੇ ਲੈ ਜਾਣੇ ਇਹਨੂੰ ਹੌਲੀ ਹੌਲੀ ਇਦਾਂ ਕਰਕੇ ਜੀ। ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਸੀ। ਓਕੇ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ ਜੀ ਆਪਣੇ ਵਿਚਾਰ ਦੱਸਣ ਦੇ ਲਈ। ਅਤੇ ਜਿਹੜੇ ਹੋਰ ਵੀ ਕਾਲਰ ਸਾਨੂੰ ਕਾਲ ਕਰਨਾ ਚਾਹੁੰਦੇ ਹਨ, ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਪ੍ਰਤੀਕਰਮ ਸਾਨੂੰ ਦੇ ਸਕਦੇ ਹਨ, ਅਸੀਂ ਤੁਹਾਡੀ ਜਿਹੜੀ ਗੱਲ ਹੈ ਔਰ ਜ਼ਰੂਰ ਸੁਣਾਂਗੇ ਵੀ, ਔਰ ਜੇਕਰ ਤੁਹਾਡੇ ਕੋਲ ਕੋਈ ਕੰਕਲੂਜਨ ਵੀ ਹੈ ਔਰ ਜੇ ਤੁਸੀਂ ਦੇਣਾ ਚਾਹੁੰਦੇ ਹੋ ਤੁਸੀਂ ਦੇ ਵੀ ਸਕਦੇ ਹੋ, ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਕਾਲ ਸਾਨੂੰ ਕਰ ਸਕਦੇ ਹੋ। ਮੇਰੇ ਨਾਲ ਇੱਕ ਹੋਰ ਵੀ ਕਾਲਰ ਜੁੜੇ ਹੋਏ ਹਨ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਹ ਕੌਣ ਬੋਲ ਰਹੇ ਨੇ ਔਰ ਕਿੱਥੋਂ ਬੋਲ ਰਹੇ ਨੇ ਔਰ ਕੀ ਕਹਿਣਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੀ ਕਹਿਣਾ ਚਾਹੋਗੇ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਬੋਲਦਾ ਲੈਂਦ
ਜਿਹੜੀ ਪੋਜੀਸ਼ਨ ਹੈਗੀ ਨਾ ਇਲੈਕਸ਼ਨ ਵਾਸਤੇ ਪੰਚਾਇਤਾਂ ਦੀ, ਕੋਈ ਕਲੀਅਰ ਕੱਟ ਨਹੀਂ ਹੈਗੀ, ਮਗਰ ਅਸੀਂ ਅਗਰ ਐਨਾਲਾਈਜ਼ ਕਰ ਸਕਦੇ ਹਾਂ, ਸ਼ਰਮਾ ਜੀ ਨੇ ਵੀ ਇੱਦਾਂ ਕਿਹਾ ਠੀਕ ਹੈ ਕਿ ਜੇ ਅਕਾਲੀ ਦਲ ਦੇ ਵਿੱਚ ਦੇਖੀਏ ਜਾਵੇ ਤਾਂ ਉਹਨਾਂ ਨੂੰ ਉਹਨਾਂ ਦੇ ਵੀਕ ਪੁਆਇੰਟ ਹੈ ਕਿਸਾਨਾਂ ਦਾ ਮਸਲਾ, ਖੁਦਕੁਸ਼ੀਆਂ, ਬੇਰੁਜ਼ਗਾਰੀ ਜਿਹੜਾ ਮਸਲਾ ਹੈ, ਤੇ ਰਣਜੀਤ ਸਿੰਘ ਰਿਪੋਰਟ, ਇਹ ਜਿਹੜੇ ਉਹਨਾਂ ਦੇ ਖਿਲਾਫ ਜਾਂਦੇ ਆ। ਅੱਛਾ, ਬਾਕੀ ਜਿਹੜਾ ਸਟਰੋਂਗ ਪੁਆਇੰਟ ਕਾਂਗਰਸ ਦਾ ਹੈਗਾ ਆ ਦੇ ਆਰ ਇਨ ਪਾਵਰ ਹੈ, ਤੇ ਉਹ ਇਹਨਾਂ ਦਾ ਸਟਰੋਂਗ ਹੈਗਾ। ਆਮ ਆਦਮੀ ਪਾਰਟੀ ਆ ਉਹ ਆਪਣੀ ਖਾਨਾ ਜੰਗੀ ਦੇ ਵਿੱਚ ਹੀ ਉਲਝੇ ਹੋਏ ਆ ਹੈ ਜੀ। ਤੇ ਮਗਰ ਜਿਹੜਾ ਇੱਕ ਹੋਰ ਵੀ ਚੀਜ਼ ਆ ਕਿ ਜਿਹੜੇ ਅਕਾਲੀ ਦਲ ਸਟਿਲ ਆਈ ਥਿੰਕ ਦੇਰ ਵਿਲ ਬੀ ਟਫ ਫਾਈਟ, ਉਹ ਸਟਿਲ ਦੇ ਕੁਡ ਗੇਨ ਸਮ ਅਪਰ ਪੁਆਇੰਟ ਇਨ ਸਮ ਵੇ ਆਰ, ਕਿਉਂਕਿ ਤੁਸੀਂ ਦੇਖਿਆ ਜਾਵੇ ਤੇ ਉਹ ਸੀਟ ਦੇ ਉੱਤੇ ਕਿਉਂ ਪਕੜੇ ਆ, ਆਫਟਰ ਆਲ ਦੇ ਹੈ ਸਮ ਸੋਰਟ ਆਫ ਸਪੋਰਟ ਵਿਲੇਜਸ ਦੇ ਵਿੱਚੋਂ ਜਾਂ ਹੋਰ ਅਕਾਲੀ ਲੀਡਰਾਂ ਦੀ, ਜਿਹੜੇ ਜਿਸ ਤਰ੍ਹਾਂ ਜਗੀਰਦਾਰ ਹੁੰਦੇ ਹੀ ਇਜ਼ ਰਿਚ ਪੀਪਲ ਰਿਚ ਮੈਨ, ਹੋਰ ਵੀ ਜਿਹੜੇ ਇਨਫਲੂਐਂਸ਼ੀਅਲ ਉਹ ਉਹਦੇ ਪੈਰੋਕਾਰ ਹੋਣਗੇ, ਉਹਨਾਂ ਦੀ ਸਪੋਰਟ ਹੋਏਗੀ ਉੱਪਰ ਬਾਈ ਕਰੋਕ ਪਿੰਡਾਂ ਦੇ ਵਿੱਚ ਹੁੰਦੇ ਆ, ਤੇ ਜਿਹੜੀ ਚੱਲਦੀ ਆ ਉਹ ਫਿਰ ਵੀ ਦੂਸਰੇ ਬੰਦਿਆਂ ਨੂੰ ਦਵਾ ਕੇ ਨਾ ਉਹ ਕੁਛ ਨਾ ਕੁਛ ਕਰਾ ਲੈਂਦੇ ਆ ਜੀ 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 ਜੀ। ਇਸ ਵਾਸਤੇ ਉਹ ਬਿਲਕੁਲ ਕਮ ਸੈਕੰਡ ਪਰਹੈਪਸ ਜੀ, ਜਿਹੜਾ ਫਸਟ ਜਿਹੜਾ ਚਾਂਸਿਸ ਉਹ ਕਾਂਗਰਸ ਦਾ ਜ਼ਿਆਦਾ ਅੱਛਾ। ਕਾਂਗਰਸ ਜ਼ਿਆਦਾ ਅੱਛਾ, ਬਹੁਤ ਬਹੁਤ ਧੰਨਵਾਦ ਜਸਪਾਲ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਅਤੇ ਜਿਵੇਂ ਹੁਣ ਸਾਡੇ ਦਰਸ਼ਕ ਵੀ ਸਮਝਦੇ ਹਨ ਕਿ ਬਈ ਜਿਹੜੀ ਰਾਜਨੀਤੀ ਔਰ ਜਿਹੜੀ ਸਿਆਸਤ ਇਸ ਟਾਈਮ ਪੰਜਾਬ ਦੇ ਵਿੱਚ ਭਗਦੀ ਜਾ ਰਹੀ ਆ, ਉਹਦਾ ਖਾਮਿਆਜ਼ਾ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਭੁਗਤਣਾ ਪੈ ਸਕਦਾ, ਔਰ ਜਿਹੜਾ ਹੁਣ ਅੱਗੇ ਜਾ ਰਹੀ ਹੈ ਅਤੇ ਕਾਂਗਰਸ ਜਾ ਰਹੀ ਆ। ਸਵਾਲ ਇੱਥੇ ਬਣਦਾ ਕਿ 10 ਸਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਰਾਜ ਕੀਤਾ, ਹੁਣ ਕਾਂਗਰਸ ਵੀ ਉਹੀ ਸੇਮ ਰਣਨੀਤੀ ਬਣਾ ਕੇ ਪੰਚਾਇਤੀ ਚੋਣਾਂ ਜਿੱਤਣਾ ਚਾਹੁੰਦੀ ਹੈ, ਲੇਕਿਨ ਉਹ ਵਚਨਬੰਧ ਕਿੱਥੇ ਹੈ ਕਿ ਵਾਕਈ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਗੰਭੀਰ ਹੈ ਕਿ ਨਹੀਂ। ਅਗਰ ਜਿੱਤ ਵੀ ਜਾਂਦੀ ਹੈ ਪੰਚਾਇਤੀ ਚੋਣਾਂ, ਜਿਵੇਂ ਮੀਡੀਆ ਦੱਸ ਰਹੀ ਹੈ, ਜਿਵੇਂ ਤੁਸੀਂ ਦੱਸ ਰਹੇ ਹੋ, ਜਿਵੇਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹੈ ਕਿ ਜਿਸ ਤਰੀਕੇ ਨਾਲ ਬੈਕਫੁੱਟ ਦੇ ਵਿੱਚ ਜਾ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ, ਕਿ ਕਾਂਗਰਸ ਵਾਕਈ ਹੀ ਲੋਕਾਂ ਦੀ ਭਲਾਈ ਦੇ ਲਈ ਲੋਕਾਂ ਦੇ ਮੁੱਦੇ ਚੁੱਕੇਗੀ, ਕਿ ਸਿਰਫ ਉਹ ਵੀ ਸ਼੍ਰੋਮਣੀ ਅਕਾਲੀ ਦਲ ਵਾਂਗ ਕਬਜ਼ਾ ਕਰਨਾ ਚਾਹੁੰਦੀ ਹੈ ਸੀਟਾਂ ਦੇ ਉੱਤੇ, ਕਬਜ਼ਾ ਕਰਨਾ ਚਾਹੁੰਦੀ ਹੈ ਸਿਆਸਤ ਦੇ ਉੱਤੇ, ਕਬਜ਼ਾ ਕਰਨਾ ਚਾਹੁੰਦੀ ਹੈ ਪੰਚਾਇਤੀ ਚੋਣਾਂ ਦੇ ਉੱਤੇ? ਇਹ ਬਣੇ ਹੋਏ ਹਨ ਸਵਾਲ, ਲਵਾਂਗੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਔਰ ਲਵਾਂਗੇ ਤੁਹਾਡੇ ਫੋਨ ਕਾਲਸ ਇਸ ਬ੍ਰੇਕ ਤੋਂ ਉਸ ਪਾਰ।